ਸਾਵਧਾਨ, ਖੁਜਲੀ ਗੈਂਗ ਤੁਹਾਡੇ ਅੱਗੇ ਪਿੱਛੇ ਮੱਖੀਆਂ ਦੀ ਤਰ੍ਹਾਂ ਘੁੰਮ ਰਿਹਾ। ਆਏ ਦਿਨ ਖੁਜਲੀ ਗੈਂਗ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਹੁਣ ਕਰੀਬ 12 ਸਾਲਾਂ ਦੇ ਬਾਅਦ ਮੁੜ ਤੋਂ ਐਕਟਿਵ ਹੋਇਆ ਔਰ ਪੁਲਿਸ ਦੇ ਵੱਲੋਂ ਐਕਟਿਵ ਹੁੰਦੇ ਸਾਰ ਖੁਜਲੀ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਖੁਜਲੀ ਗੈਂਗ ਇੱਕ ਅਜਿਹਾ ਗੈਂਗ ਹੈ ਜੋ ਰਾਹ ਜਾਂਦੇ ਬੰਦੇ ਤੇ ਪਾਊਡਰ ਦਾ ਛਿੜਕਾਅ ਕਰਦਾ, ਜਿਸ ਤੋਂ ਬਾਅਦ ਬੰਦੇ ਦੇ ਇੱਕਦਮ ਖਾਰਿਸ਼ ਉੱਠਦੀ ਹੈ ਔਰ ਆਪਣਾ ਸਮਾਨ ਥੱਲੇ ਰੱਖ ਕੇ ਖਾਜ ਕਰਨ ਲੱਗ ਪੈਂਦਾ, ਇੱਥੋਂ ਤੱਕ ਆਪਣੇ ਕੱਪੜੇ ਵੀ ਉਤਾਰ ਦਿੰਦਾ। ਇੰਨੇ ਨੂੰ ਇਹ ਖੁਜਲੀ ਗੈਂਗ ਦੇ ਮੈਂਬਰ ਉਸ ਸ਼ਖਸ ਦਾ ਸਮਾਨ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇੱਕ ਅਜਿਹਾ ਹੀ CCTV ਦੁਕਾਨ ਤੋਂ ਸਾਹਮਣੇ ਆਇਆ। ਇੱਕ ਸ਼ਖਸ ਖਰੀਦਦਾਰੀ ਕਰਨ ਦੇ ਲਈ ਦੁਕਾਨ ਦੇ ਵਿੱਚ ਐਂਟਰ ਹੋਇਆ, ਉਸ ਤੇ ਪਹਿਲਾਂ ਤੋਂ ਹੀ ਛਿੜਕਾਅ ਕੀਤਾ ਜਾ ਚੁੱਕਾ ਸੀ। ਦੁਕਾਨ ਦੇ ਵਿੱਚ ਇੱਕਦਮ ਉਸਦੇ ਖਾਰਿਸ਼ ਉੱਠੀ, ਉਸਨੇ ਆਪਣੀ ਸ਼ਰਟ ਵੀ ਉਤਾਰ ਦਿੱਤੀ ਤੇ ਫਿਰ ਇੱਕਦਮ ਖੁਜਲੀ ਗੈਂਗ ਦੇ ਮੈਂਬਰ ਉਸਦਾ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਖੁਜਲੀ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਖੁਜਲੀ ਗੈਂਗ ਨੇ ਦਿੱਲੀ ਸ਼ਹਿਰ ਦੇ ਵਿੱਚ ਆਤੰਕ ਮਚਾਇਆ ਹੋਇਆ, ਤੁਰੇ ਜਾਂਦੇ ਬੰਦੇ ਦੇ ਪਾਊਡਰ ਦਾ ਛਿੜਕਾਅ ਕਰਦੇ ਨੇ, ਬੰਦੇ ਦੇ ਇੱਕਦਮ ਖਾਜ ਉੱਠਦੀ ਹੈ। ਜਦੋਂ ਤੱਕ ਉਹ ਖੁਜਲੀ ਕਰਦਾ ਹੈ ਉਦੋਂ ਤੱਕ ਉਸਦਾ ਸਮਾਨ ਗਾਇਬ ਹੋ ਚੁੱਕਾ ਹੁੰਦਾ ਹੈ। ਕਈ ਤਸਵੀਰਾਂ ਨੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਤਾਂ ਪੁਲਿਸ ਨੇ ਹੁਣ ਇਸ ਗੈਂਗ ਦੇ ਨਾਲ ਜੁੜੇ 2 ਮੈਂਬਰਾਂ ਨੂੰ ਕਾਬੂ ਕੀਤਾ। ਦੁਕਾਨ ਦੇ ਵਿੱਚ ਇੱਕ ਸ਼ਖਸ ਆਇਆ ਖਰੀਦਦਾਰੀ ਕਰਨ ਦੇ ਲਈ, ਉਸਦੇ ਪਾਊਡਰ ਦਾ ਛਿੜਕਾਅ ਕੀਤਾ ਤੇ ਫਿਰ ਧੋਖੇ ਦੇ ਨਾਲ ਉਸਦਾ ਬੈਗ ਆ ਜਿਹੜਾ ਉਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇੱਕ ਦਿੱਲੀ ਸਦਰ ਬਾਜ਼ਾਰ ਦਾ ਵੀਡੀਓ ਹੈ, ਪਿੱਠ ਤੇ ਗਰਦਨ ਦੇ ਕੋਲ ਇਹ ਪਾਊਡਰ ਦਾ ਛਿੜਕਾਅ ਕਰਦੇ ਨੇ ਔਰ ਇੱਦਾਂ ਨਹੀਂ ਕਿ ਇਹ ਸੁੰਨਸਾਨ ਇਲਾਕੇ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਸਗੋਂ ਜਿੱਥੇ ਭੀੜ ਹੁੰਦੀ ਹੈ ਉੱਥੇ ਇਹ ਪਾਊਡਰ ਦਾ ਛਿੜਕਾਅ ਕਰਦੇ ਨੇ। ਜਦੋਂ ਤੱਕ ਬੰਦਾ ਆਪਣੇ ਖੁਜਲੀ ਕਰਦਾ ਉਦੋਂ ਤੱਕ ਉਸਦਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਦਿੱਲੀ ਪੁਲਿਸ ਦੇ ਵੱਲੋਂ ਇਸ ਗੈਂਗ ਦੇ ਨਾਲ ਜੁੜੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਸਾਵਧਾਨ, ਖੁਜਲੀ ਗੈਂਗ ਤੁਹਾਡੇ ਅੱਗੇ ਪਿੱਛੇ ਮੱਖੀਆਂ ਦੀ ਤਰ੍ਹਾਂ ਘੁੰਮ ਰਿਹਾ। ਆਏ ਦਿਨ ਖੁਜਲੀ ਗੈਂਗ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਹੁਣ ਕਰੀਬ 12 ਸਾਲਾਂ ਦੇ ਬਾਅਦ ਮੁੜ ਤੋਂ ਐਕਟਿਵ ਹੋਇਆ ਔਰ ਪੁਲਿਸ ਦੇ ਵੱਲੋਂ ਐਕਟਿਵ ਹੁੰਦੇ ਸਾਰ ਖੁਜਲੀ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਖੁਜਲੀ ਗੈਂਗ ਇੱਕ ਅਜਿਹਾ ਗੈਂਗ ਹੈ ਜੋ ਰਾਹ ਜਾਂਦੇ ਬੰਦੇ ਤੇ ਪਾਊਡਰ ਦਾ ਛਿੜਕਾਅ ਕਰਦਾ, ਜਿਸ ਤੋਂ ਬਾਅਦ ਬੰਦੇ ਦੇ ਇੱਕਦਮ ਖਾਰਿਸ਼ ਉੱਠਦੀ ਹੈ ਔਰ ਆਪਣਾ ਸਮਾਨ ਥੱਲੇ ਰੱਖ ਕੇ ਖਾਜ ਕਰਨ ਲੱਗ ਪੈਂਦਾ, ਇੱਥੋਂ ਤੱਕ ਆਪਣੇ ਕੱਪੜੇ ਵੀ ਉਤਾਰ ਦਿੰਦਾ। ਇੰਨੇ ਨੂੰ ਇਹ ਖੁਜਲੀ ਗੈਂਗ ਦੇ ਮੈਂਬਰ ਉਸ ਸ਼ਖਸ ਦਾ ਸਮਾਨ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇੱਕ ਅਜਿਹਾ ਹੀ CCTV ਦੁਕਾਨ ਤੋਂ ਸਾਹਮਣੇ ਆਇਆ। ਇੱਕ ਸ਼ਖਸ ਖਰੀਦਦਾਰੀ ਕਰਨ ਦੇ ਲਈ ਦੁਕਾਨ ਦੇ ਵਿੱਚ ਐਂਟਰ ਹੋਇਆ, ਉਸ ਤੇ ਪਹਿਲਾਂ ਤੋਂ ਹੀ ਛਿੜਕਾਅ ਕੀਤਾ ਜਾ ਚੁੱਕਾ ਸੀ। ਦੁਕਾਨ ਦੇ ਵਿੱਚ ਇੱਕਦਮ ਉਸਦੇ ਖਾਰਿਸ਼ ਉੱਠੀ, ਉਸਨੇ ਆਪਣੀ ਸ਼ਰਟ ਵੀ ਉਤਾਰ ਦਿੱਤੀ ਤੇ ਫਿਰ ਇੱਕਦਮ ਖੁਜਲੀ ਗੈਂਗ ਦੇ ਮੈਂਬਰ ਉਸਦਾ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਖੁਜਲੀ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਖੁਜਲੀ ਗੈਂਗ ਨੇ ਦਿੱਲੀ ਸ਼ਹਿਰ ਦੇ ਵਿੱਚ ਆਤੰਕ ਮਚਾਇਆ ਹੋਇਆ, ਤੁਰੇ ਜਾਂਦੇ ਬੰਦੇ ਦੇ ਪਾਊਡਰ ਦਾ ਛਿੜਕਾਅ ਕਰਦੇ ਨੇ, ਬੰਦੇ ਦੇ ਇੱਕਦਮ ਖਾਜ ਉੱਠਦੀ ਹੈ। ਜਦੋਂ ਤੱਕ ਉਹ ਖੁਜਲੀ ਕਰਦਾ ਹੈ ਉਦੋਂ ਤੱਕ ਉਸਦਾ ਸਮਾਨ ਗਾਇਬ ਹੋ ਚੁੱਕਾ ਹੁੰਦਾ ਹੈ। ਕਈ ਤਸਵੀਰਾਂ ਨੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਤਾਂ ਪੁਲਿਸ ਨੇ ਹੁਣ ਇਸ ਗੈਂਗ ਦੇ ਨਾਲ ਜੁੜੇ 2 ਮੈਂਬਰਾਂ ਨੂੰ ਕਾਬੂ ਕੀਤਾ। ਦੁਕਾਨ ਦੇ ਵਿੱਚ ਇੱਕ ਸ਼ਖਸ ਆਇਆ ਖਰੀਦਦਾਰੀ ਕਰਨ ਦੇ ਲਈ, ਉਸਦੇ ਪਾਊਡਰ ਦਾ ਛਿੜਕਾਅ ਕੀਤਾ ਤੇ ਫਿਰ ਧੋਖੇ ਦੇ ਨਾਲ ਉਸਦਾ ਬੈਗ ਆ ਜਿਹੜਾ ਉਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇੱਕ ਦਿੱਲੀ ਸਦਰ ਬਾਜ਼ਾਰ ਦਾ ਵੀਡੀਓ ਹੈ, ਪਿੱਠ ਤੇ
ਗਰਦਨ ਦੇ ਕੋਲ ਇਹ ਪਾਊਡਰ ਦਾ ਛਿੜਕਾਅ ਕਰਦੇ ਨੇ ਔਰ ਇੱਦਾਂ ਨਹੀਂ ਕਿ ਇਹ ਸੁੰਨਸਾਨ ਇਲਾਕੇ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਸਗੋਂ ਜਿੱਥੇ ਭੀੜ ਹੁੰਦੀ ਹੈ ਉੱਥੇ ਇਹ ਪਾਊਡਰ ਦਾ ਛਿੜਕਾਅ ਕਰਦੇ ਨੇ। ਜਦੋਂ ਤੱਕ ਬੰਦਾ ਆਪਣੇ ਖੁਜਲੀ ਕਰਦਾ ਉਦੋਂ ਤੱਕ ਉਸਦਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਦਿੱਲੀ ਪੁਲਿਸ ਦੇ ਵੱਲੋਂ ਇਸ ਗੈਂਗ ਦੇ ਨਾਲ ਜੁੜੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ।